ਵੀਰੇ ਮੇਰੀ ਪਹਿਲਾਂ ਮੈਨੂੰ ਆਪਣੇ ਰੋਹੀ ਗਿਆਸਪੁਰਾ ਗੀਤਕਾਰ ਦਾ ਫੋਨ ਆਇਆ ਕਿ ਤੁਹਾਡੀ ਆਵਾਜ਼ ਨਹੀਂ ਆ ਰਹੀ, ਇਸ ਕਰਕੇ ਮੈਂ ਦੁਬਾਰਾ ਲਾਈਵ ਹੋਇਆ ਕਿਉਂਕਿ ਗੱਲ ਇੰਨੀ ਇੰਪੋਰਟੈਂਟ ਆ ਨਾ, ਬਹੁਤ ਜ਼ਰੂਰੀ ਗੱਲ ਹੈ, ਕਿਉਂਕਿ ਕਿਸੇ ਦੀ ਧੀ ਦੀ ਇੱਜ਼ਤ ਦਾਅ 'ਤੇ ਲੱਗ ਗਈ ਅੱਜ। ਮੈਂ ਕਦੀ ਵੇਖਿਆ ਨਹੀਂ ਸੀ, ਅੱਜ ਮੈਂ ਆਪਣੀ ਅੱਖੀਂ ਦੇਖ ਲਿਆ। ਮੈਂ ਤਾਂ ਸ਼ੁਰੂ ਤੋਂ ਗੱਲ ਕਰਨ ਲੱਗਿਆ, ਮੈਂ ਐਪੀ ਚਲਾ ਰਿਹਾ ਸੀ, ਅਚਾਨਕ ਮੇਰੇ ਸਾਹਮਣੇ ਇੱਕ ਪੇਜ ਆਇਆ, ਉੱਤੇ ਫੋਟੋ ਮੇਰੀ ਕਜ਼ਨ ਸਿਸਟਰ ਦੀ ਲੱਗੀ ਹੋਈ, ਅਤੇ ਮੈਂ ਦੇਖ ਕੇ ਸ਼ੌਕ ਹੋ ਗਿਆ। ਮੈਂ ਨਾਲ ਹੀ ਫੋਨ ਕੀਤਾ, ਮੈਂ ਕਿਹਾ ਕਦੀ ਤੂੰ ਅੱਜ ਤੱਕ ਦੀ ਫੋਟੋ ਪਾਈ ਕਦੀ? ਕਹਿੰਦੇ ਇੰਸਟਾ 'ਤੇ ਪਾਈ ਸੀ, ਅਤੇ ਮੈਂ ਕਿਹਾ ਐਪੀ 'ਤੇ ਕਦੀ ਪਾਈ? ਕਹਿੰਦੇ ਨਹੀਂ। ਮੈਂ ਕਿਹਾ ਮੈਂ ਨਾਲ ਸਕਰੀਨਸ਼ੋਟ ਭੇਜਿਆ, ਕੁੜੀ ਦਾ ਰੰਗ ਉੱਡ ਗਿਆ। ਕਹਿੰਦੇ ਇਹ ਕਿੱਦਾਂ ਹੋ ਗਿਆ? ਉਹ ਮੈਂ ਲੱਖ ਲਾਉਂ ਤਪਾਉਂਦਾ ਪੇਜਾਂ ਵਾਲਿਆਂ ਨੂੰ ਜਿਹੜੇ ਬਾਹਰ ਬੈਠੇ ਨੇ, ਜਿਹੜੇ ਕੁੜੀਆਂ ਦੀ ਫੋਟੋਆਂ ਆਈਡੀਆਂ ਚੁੱਕ ਕੇ ਆਪਣੇ ਪੇਜ 'ਤੇ ਪਾਉਂਦੇ ਨੇ। ਸਾਬਤ ਕੀ ਕਰਨਾ ਚਾਹੁੰਦੇ ਹੋ ਤੁਸੀਂ? ਉਹ ਜਿਹਦੇ ਢਿੱਡੋ ਜੰਮੇ ਉਹਦੀ ਪਾਲੋ? ਇਹ ਆਪਾਂ ਉਹੀ ਹਾਂ ਜਿਹੜੇ ਕੈਂਡਲ ਲੈ ਕੇ ਫਿਰਦੇ ਫਿਰਦੇ ਬਲਤਕਾਰ ਬੰਦ ਕਰੋ, ਬਲਤ ਸਭ ਤੋਂ ਵੱਡੇ ਬਲਤਕਾਰ ਤਾਂ ਆਪਾਂ ਹਾਂ। ਜਿਹੜੇ ਮੇਰੀ ਗੱਲ ਸੁਣੋ, ਕੋਈ ਕੁੜੀ ਕਿਸੇ ਪੇਜ 'ਤੇ ਫੋਟੋ ਨਹੀਂ ਪਾਉਂਦੀ ਆਪਣੀ। ਮਾਡਲ ਕੁੜੀ ਦਾ ਅਤੇ ਇੱਕ ਸਧਾਰਨ ਕੁੜੀ ਦਾ ਜ਼ਮੀਨ ਸਮਾਨ ਦਾ ਫਰਕ ਆਪਾਂ ਨੂੰ ਪਤਾ ਲੱਗ ਜਾਂਦਾ, ਅਤੇ ਆਪਾਂ ਥੱਲੇ ਕਮੈਂਟ ਕਰਨ ਤੋਂ ਪਹਿਲਾਂ 20 ਵਾਰੀ ਸੋਚ ਲਿਆ ਕਰੋ ਉਹ ਕਿਸੇ ਨੇ ਮਿਸਯੂਜ਼ ਕੀਤੀ ਫੋਟੋ। ਯਾਰ ਸ਼ਰਮ ਕਰੋ, ਸ਼ਰਮ। ਅੱਜ ਮੇਰੀ ਉਹ ਭੈਣ ਰੋ ਰਹੀ ਹੈ ਵਿਚਾਰੀ ਬੈਠੀ ਉੱਥੇ, ਸ਼ਰਮ ਕਰੋ। ਔਰ ਮੈਂ ਕੁੜੀਆਂ ਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ, ਆਪਣੇ ਦੁਆਰਾ ਕਹਿਣਾ ਚਾਹੁੰਦਾ, ਆਪਣੇ ਸੂਟ, ਆਪਣੀ ਜੁੱਤੀ ਅਤੇ ਆਪਣੇ ਏਅਰਿੰਗ ਦਿਖਾਉਣ ਦੇ ਚੱਕਰ 'ਚ ਆਪਣੇ ਭਰਾ ਅਤੇ ਪਿਓ ਨੂੰ ਮਰਵਾ ਨਾ ਦਿਓ। ਇਹ ਲਾਈਕ ਸਿਰਫ 2 ਸਕਿੰਟ ਦੇ ਆ, ਭਰਾ ਅਤੇ ਪਿਓ ਦੀ ਅਣਖ ਮਰ ਜਾਂਦੀ ਆ ਜਦੋਂ ਫੋਟੋ ਦੇਖਦਾ। ਅੱਜ ਮੈਂ ਫੋਟੋ ਦੇਖੀ ਆ ਨਾ, ਮੇਰੀ ਉਹ ਭੈਣ ਰੋ ਰਹੀ ਹੈ ਬੈਠੀ ਉੱਥੇ। ਉਹ ਮੇਰੇ ਭਾਵੇਂ ਮੇਰੀ ਸਕੀ ਸਿਸਟਰ ਨਹੀਂ, ਪਰ ਉਹ ਵਿਚਾਰੀ ਰੋਟੀ ਨਹੀਂ ਖਾ ਰਹੀ ਅੱਜ। ਥੱਲੇ ਕਮੈਂਟ ਕਈ ਐਸੇ ਐਸੇ ਬੰਦੇ ਦੇ ਆਏ ਨਾ ਜਿਹੜੇ ਆਪਣੇ ਨੂੰ ਬਹੁਤ ਵੱਡੇ ਸੁਣਦੇ, ਮੇਰੇ ਤੋਂ ਬਹੁਤ ਵੱਡੇ ਜਾਣੀ ਜਾਣ ਘੁੰਮਦੇ ਨੇ, ਯਾਨੀ ਕਿ ਉਹ ਉਹੀ ਬੰਦੇ ਨੇ ਜਦੋਂ ਕੋਈ ਬਲਤਕਾਰ ਹੁੰਦਾ ਤਾਂ ਥੱਲੇ ਕਮੈਂਟ ਲਿਖਦੇ ਨੇ, ਸਾਡੀਆਂ ਧੀਆਂ ਭੈਣਾਂ, ਸਾਡੀਆਂ ਧੀਆਂ ਭੈਣਾਂ। ਕਮੈਂਟ ਜਦੋਂ ਕਰ, ਤੁਹਾਨੂੰ ਨਹੀਂ ਪਤਾ ਕਿਸੇ ਦੀ ਧੀ ਭੈਣ? ਸ਼ਰਮ ਕਰੋ, ਸ਼ਰਮ। ਉਹਨਾਂ ਕੁੜੀਆਂ ਨੂੰ ਮੈਂ ਲੱਖ ਲਾਂਤ ਪਾਉਣਾ ਦੁਆਰਾ ਕਹਿੰਦਾ, ਆਪਣੇ ਸੂਟ ਬੂਟ ਦੇ ਚੱਕਰ 'ਚ ਆਪਣੇ ਭਰਾਵਾਂ ਨੂੰ ਨਾ ਮਰਵਾਓ, ਨਾ ਪਾਓ। ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਜੇ ਫੋਟੋ ਪਾਉਣੀ ਆ। ਮੈਂ ਹੁਣ ਕੀ ਵਰਡ ਯੂਜ਼ ਕਰਾਂ? ਥੋੜ੍ਹੀ ਸ਼ਰਮ ਕਰ ਲਓ, ਫੋਟੋਆਂ ਬਚਾ ਕੇ ਰੱਖੋ, ਬਚਾ ਕੇ ਰੱਖੋ। ਅਗਰ ਉਹ ਮੈਂ ਐਡਮਿਨ ਨੂੰ ਮੈਸੇਜ ਕੀਤਾ, ਮੈਂ ਕਿਹਾ ਫੋਟੋ ਡਿਲੀਟ ਕਰ, ਅੱਗੋਂ ਸਾਲਾ ਕਹਿੰਦਾ ਕਿ ਮੈਨੂੰ ਪਤਾ ਨਹੀਂ ਐਡਮਿਨ ਕੌਣ ਹੈ। ਮੈਂ ਉਸ ਆਈ ਡੀ 'ਤੇ ਕਮੈਂਟ ਕੀਤੇ, ਮੈਂ ਕਿਹਾ ਮੇਰੀ ਭੈਣ ਦੀ ਸਿਸਟਰ ਦੀ ਫੋਟੋਆਂ ਨੇ, ਪਲੀਜ਼ ਜਿਹੜੇ ਜਿਹੜੇ ਮੇਰੇ ਵੀਰਾਂ ਨੇ ਤਾਂ ਕਮੈਂਟ ਕੀਤੇ ਡਿਲੀਟ ਕਰ ਦਿਉ, ਫੋਟੋ ਸ਼ੇਅਰ ਨਾ ਕਰੋ। ਅੱਗੋਂ ਮੇਰੇ 3 ਕਮੈਂਟ ਉਸੇ ਵੇਲੇ ਡਿਲੀਟ ਹੋ ਗਏ, ਉਸੇ ਵੇਲੇ ਡਿਲੀਟ ਹੋ ਗਏ। ਐਡਾ ਸਾਲਾ ਬੇਸ਼ਰਮ ਹੋ ਵੀਰ ਮੇਰੇ। ਉਹ ਆਪਣੀਆਂ ਭੈਣਾਂ, ਜਿਹੜੀ ਮੇਰੀ ਭੈਣਾਂ ਸੁਣਦੀਆਂ ਨੇ, ਆਪਣੀਆਂ ਫੋਟੋਆਂ ਚੱਕ ਲਓ ਆਈਡੀਆਂ ਤੋਂ, ਚੱਕ ਲਓ, ਚੱਕ ਲਓ। ਕੱਲ੍ਹ ਨੂੰ ਕਿਤੇ ਤੁਹਾਡੀ ਆਈ ਕਮੈਂਟ ਤੁਹਾਡੀ ਫੋਟੋ ਚੱਕ ਕੇ ਤੁਹਾਨੂੰ ਕੋਈ ਇਹ ਨਾ ਲਿਖ ਦੇਵੇ ਕਿ ਤੁਸੀਂ ਮੇਰੇ ਨਾਲ ਕੀ ਕਰਨਾ ਚਾਹੋਗੇ, ਦੋਸਤੀ, ਪਿਆਰ ਜਾਂ ਸੈਕਸ। ਇਹ ਵੀ ਵਰਡ ਯੂਜ਼ ਹੁੰਦੇ ਨੇ, ਇਸ ਤੋਂ ਪਹਿਲਾਂ ਤੁਹਾਡੇ ਭਰਾ ਦੀ ਅਤੇ ਪਿਓ ਦੀ ਅਣਖ ਉਹਨਾਂ ਦੀ ਜਾਨ ਲੈ ਬੈਠੇ। ਫੋਟੋਆਂ ਚੱਕ ਲਓ, ਚੱਕ ਲਓ, ਚੱਕ ਲਓ। ਅੱਜ ਮੇਰੇ ਨਾਲ ਹੋ ਚੁੱਕਿਆ, ਮੇਰੀ ਭੈਣ ਉੱਥੇ ਰੋ ਰਹੀ ਹੈ। ਇੱਕ ਉਹ ਮੇਰੀ ਰੀਅਲ ਸਿਸਟਰ ਨਹੀਂ, ਕਿਉਂਕਿ ਮੈਂ ਜੋ ਬੋਲਦਾ ਸੱਚ ਬੋਲਦਾ, ਪਰ ਜਿੰਨਾ ਦੁੱਖ ਮੈਨੂੰ ਇਸ ਟਾਈਮ ਹੋ ਰਿਹਾ ਨਹੀਂ ਤਾਂ ਮੈਂ ਕਦੀ ਇਸ ਮੁੱਦੇ 'ਤੇ ਬੋਲਦਾ ਚੰਗਾ ਨਹੀਂ ਲੱਗਦਾ, ਕਿਉਂਕਿ ਇੱਕ ਮੰਤਰੀ ਅਤੇ ਕਲਾਕਾਰ ਦਾ ਫਰਜ਼ ਬਣਦਾ ਹੈ ਕਿ ਲੋਕਾਂ ਨੂੰ ਅਵੇਅਰ ਕਰੇ। ਨਹੀਂ ਤਾਂ ਮੈਨੂੰ ਕਈ ਹਜੇ ਵੀ ਕਹਿੰਦੇ ਨੇ ਫੁੱਦੂ ਭੌਂਕਦਾ, ਅਤੇ ਕੁੜੀਆਂ ਨੇ ਹਜੇ ਵੀ ਕਹਿਣਾ ਆ ਕਿ ਇਹਨੇ ਸਾਡਾ ਕੀ ਕਰ ਲਾਂਗੇ, ਸਾਡਾ ਇਹਦਾ ਦਿਮਾਗ ਪਾਗਲ ਆ।
ਪਰ ਜਿਹਦੇ ਤੇ ਬੀਤਦੀ ਆ ਨਾ, ਮੈਨੂੰ ਰੋਹੀ ਗਿਆਸਪੁਰ ਮੈਂ ਤੁਹਾਨੂੰ ਸਲੂਟ ਕਰਦਾ, ਤੁਸੀਂ ਪਲੀਜ਼ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ। ਅਗਰ ਉਹ ਬੰਦਾ ਫੋਟੋ ਨਹੀਂ ਡਿਲੀਟ ਕਰੂਗਾ, ਮੈਂ ਤੁਹਾਨੂੰ ਉਸ ਪੇਜ ਦਾ ਸਾਰੀ ID ਪੇਜ ਬਾਰੇ ਦੱਸੂੰਗਾ, ਉਹਦਾ ਜਲੂਸ ਘਰ ਕੱਢ ਕੇ ਆਉਣਾ, ਘਰ ਕੱਢ ਕੇ ਆਉਣਾ। ਅਗਰ ਉਹ ਸੱਤ ਸਮੁੰਦਰ ਪਾਰ ਵੀ ਬੈਠਾ ਤਾਂ ਉੱਥੇ ਜਾ ਕੇ ਕੱਢਣਾ ਪਊਗਾ, ਤਾਂ ਵੀ ਕੱਢ ਦਾਂਗੇ, ਕਿਉਂਕਿ ਸਾਡੇ ਬਾਹਰ ਵੀ ਬੈਠੇ ਨੇ ਬੰਦੇ, ਬਾਹਰ ਵੀ ਬੈਠੇ ਨੇ, ਕਿਉਂਕਿ ਕੁੜੀਆਂ ਦੀ ਇੱਜ਼ਤ ਕਰਨ ਵਾਲੇ ਬਾਹਰ ਵੀ ਬੈਠੇ ਨੇ, ਜਿੱਥੇ ਜਾਓਗੇ ਸਾਰੇ ਬੈਠੇ ਨੇ। ਜੇ ਕੁੜੀਆਂ ਜਲੂਸ ਕੱਢਣ ਵਾਲੇ ਬੈਠੇ ਨੇ ਨਾ 10, ਅਤੇ 100 ਇੱਜ਼ਤ ਬਚਾਉਣ ਵਾਲੇ ਬੈਠੇ ਨੇ। ਬਸ ਮੈਂ ਥੋੜ੍ਹੀ ਦੇਰ, ਮੈਨੂੰ ਵੇਟ ਕਰੋ। ਅਗਰ ਉਹ ਬੰਦਾ ਫੋਟੋ ਡਿਲੀਟ ਨਹੀਂ ਕਰਦਾ ਪੇਜ ਤੋਂ, ਤਾਂ ਮੈਂ ਤੁਹਾਨੂੰ ਉਸ ਪੇਜ ਬਾਰੇ ਦੱਸ ਦਿੰਦਾ, ਅਤੇ ਫਿਰ ਉਹਦਾ ਆਪਾਂ ਦੇਖਣਾ ਕੀ ਕਰਨਾ ਹੈ। ਅਤੇ ਬਾਕੀ ਕੁੜੀਓ, ਆਪਣੀਆਂ ਫੋਟੋ ਚੱਕ ਲਓ, ਚੱਕ ਲਓ, ਚੱਕ ਲਓ, ਚੱਕ ਲਓ, ਚੱਕ ਲਓ। ਆਪਣੇ ਸੂਟ ਦਿਖਾਉਣੇ ਘਰੇ ਦਿਖਾਓ, ABT ਨਾਲ ਦਿਖਾਓ। ਕਮੈਂਟ ਲੈਣੇ ਘਰੋਂ ਲਵੋ, ABT ਨਾਲ ਲਵੋ। ਲਾਈਕ ਲੈਣੇ ਮਾਂ ਪਿਓ ਤੋਂ ਲਵੋ, ABT ਨਾਲ ਲਵੋ।